ਮੋਹਾਲੀ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਖੜੀਆਂ ਗੱਡੀਆਂ ਦੇ ਇੱਕ ਵਿਅਕਤੀ ਵੱਲੋਂ ਸ਼ੀਸ਼ੇ ਭੰਨ ਦਿੱਤੇ ਗਏ ਨੇ। ਤੁਹਾਨੂੰ ਸਾਰਾ ਮਾਮਲਾ ਦੱਸਦੇ ਹਾਂ, ਹੁੰਦਾ ਕੀ ਹੈ, ਜਿਹੜਾ ਵਿਅਕਤੀ ਸ਼ੀਸ਼ੇ ਭੰਨ ਰਿਹਾ ਸੀ, ਦੱਸਿਆ ਜਾ ਰਿਹਾ ਕਿ ਉਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਸੀ, ਜਿਸ ਤੋਂ ਬਾਅਦ ਉਸ ਵਿਅਕਤੀ ਨੇ ਗੱਡੀਆਂ ਦੇ ਸ਼ੀਸ਼ੇ ਉੱਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਵਿੱਚ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਉਸ ਵਿਅਕਤੀ ਨੇ ਕਾਰਾਂ ਦੇ ਦੁਬਾਰਾ ਸ਼ੀਸ਼ੇ ਭੰਨਣੇ ਸ਼ੁਰੂ ਕੀਤੇ ਤਾਂ ਭੀੜ ਸਾਰੀ ਇਕੱਠੀ ਹੋ ਗਈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ। ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੇਰੇ ਸਾਲਾ ਲੱਗਦਾ ਜੀ, ਬੜਾ ਸਾਲਾ ਮੈਂਟਲੀ ਸੈਟ ਹੈ ਮੈਂ ਨਹੀਂ ਮੈਂਟਲੀ ਅਪਸੈਟ ਹੈ ਸਰ। ਹਾਂਜੀ ਹਾਂਜੀ, ਕਿ ਮੈਂ ਪਹਿਲਾਂ ਵੀ ਕਰਦਾ ਇਦਾਂ? ਨਹੀਂ ਪਹਿਲਾਂ ਨਹੀਂ ਕਰਦਾ, ਹੁਣ 1 ਮਹੀਨੇ ਤੋਂ ਕਰਨ ਲੱਗਿਆ ਜੀ। ਅੱਜ ਨਹੀਂ, 1 ਮਹੀਨੇ ਤੋਂ ਕਰਦਾ। ਦਵਾਈ ਚੱਲਦੀ ਕਿੱਥੇ? ਦਵਾਈ ਚੱਲਦੀ ਹੈ ਜੀ, ਪਰ ਹੁਣ ਜੇ ਨੁਕਸਾਨ ਹੋਇਆ ਉਹ ਕੌਣ ਭਰੇਗਾ? ਹੁਣ ਉਹ ਭਰੂਗਾ, ਇਹ ਤਾਂ ਭਾਈ ਹੈਗੇ ਬਾਬਾ ਜੀ ਸਿਸਮਾ ਵਾਲੇ, ਉਹ ਹੋਣਗੇ ਜਿਹੜੇ ਡੇਰਾ ਖੋਲੇ ਜੀ। ਹਾਂਜੀ ਹਾਂਜੀ, ਉਹਨਾਂ ਦੀ ਭਰਾ? ਹਾਂਜੀ ਹਾਂਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸੁਨਿੰਦਰ ਸਿੰਘ ਹੈ। ਅੱਛਾ ਸਰ, ਇਹ ਕਿਵੇਂ ਹੋਇਆ? ਪਤਾ ਨਹੀਂ, ਮੈਂ ਤਾਂ ਅੰਦਰ ਸੀ ਵੀਰੇ, ਬਾਹਰੋਂ ਇੱਧਰੋਂ ਆਇਆ, ਮੈਨੂੰ ਤਾਂ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਨਤੀ ਤੁਹਾਡੀ, ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ, ਬਾਅਦ 'ਚ ਪਤਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਗੇ ਕਾਫੀ। ਬੰਦਾ ਪਤਾ ਲੱਗਿਆ ਕਿੱਥੇ ਦਾ? ਪਤਾ ਨਹੀਂ, ਕੋਈ ਕਹਿ ਰਿਹਾ ਇੱਥੇ ਅੱਗੇ ਸਿਸਮਾ ਦਾ ਕਿਸੇ ਪਾਸੇ ਦਾ ਹੈਗਾ, ਕਿਉਂਕਿ ਉੱਥੇ ਅੱਗੇ ਵੀ ਕੋਈ ਗੱਡੀ ਭੰਨੀ ਇਹਨੇ ਜਾ ਕੇ ਨਾ। ਕਿੰਨਾ ਨੁਕਸਾਨ ਹੋ ਗਿਆ ਸਰ? ਸਰ ਹੁਣ ਇਹ ਮਰਸੀ ਦਾ ਸੀ ਸ਼ਾਇਦ, ਦੇਖ ਲਓ ਤੁਸੀਂ ਕਿੰਨੇ ਹਜ਼ਾਰ ਵੀ, ਘੱਟੋ ਘੱਟ 1 ਲੱਖ ਰੁਪਏ ਨੁਕਸਾਨ ਕੀਤਾ। ਪੁਲਿਸ ਦੇਖੋ ਇਹਨੂੰ, ਅੱਜ ਦਾ ਪਹਿਲਾਂ ਸੱਟਾਂ ਸੱਟਾਂ ਲੱਗੀਆਂ ਸੀ ਇਹਦੇ, ਅਸੀਂ ਕਿਹਾ ਪਹਿਲਾਂ ਇਹਨੂੰ ਵਿਚਾਰੇ ਨੂੰ ਪੱਟੀ ਪੁੱਟੀ ਕਰਾਓ ਇਹਦੀ, ਤਾਂ ਹੀ ਪਤਾ ਲੱਗੂਗਾ ਨਾ, ਅਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ। ਕਾਰਵਾਈ ਕਰਾਂਗੇ ਜੀ, ਪਹਿਲਾਂ ਦਾਖਲ ਕਰਾ ਕੇ ਬਾਅਦ। ਠੀਕ ਹੈ।